ਨਿਗਮ ਦਾ ਮੁਲਾਜ਼ਮ ਦੱਸ ਕੇ ਲੋਕਾਂ ਨਾਲ ਠੱਗੀਆਂ ਮਾਰਨ ਵਾਲਾ ਇੱਕ ਵਿਅਕਤੀ ਲੋਕਾਂ ਵੱਲੋਂ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ। ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਠੱਗ ਵਿਅਕਤੀ ਜਸਪਾਲ ਸਿੰਘ ਨਾਮਕ ਵਿਅਕਤੀ ਤੋਂ 2100 ਰੁਪਏ ਮਕਾਨ ਦੀ ਗਾਰਡਰ ਬੱਤਿਆਂ ਦੀ ਛੱਤ ਬਦਲਣ ਲਈ ਲੈ ਗਿਆ ਅਤੇ ਜਦੋਂ ਜਸਪਾਲ ਸਿੰਘ ਨੂੰ ਇਸ ਵਿਅਕਤੀ ਤੇ ਸ਼ੱਕ ਹੋਇਆ ਤਾਂ ਉਸਨੇ ਨਗਰ ਨਿਗਮ ਜਾ ਕੇ ਇਸ ਵਿਅਕਤੀ ਬਾਰੇ ਪੁੱਛਗਿੱਛ ਕੀਤੀ ਤਾਂ ਜਸਪਾਲ ਸਿੰਘ ਨੂੰ ਪਤਾ ਲੱਗਿਆ ਕਿ ਨਗਰ ਨਿਗਮ ਨੇ ਅਜਿਹਾ ਕੋਈ ਵਿਅਕਤੀ ਨਹੀਂ ਭੇਜਿਆ ਏ, ਜਿਸ ਤੇ ਜਸਪਾਲ ਸਿੰਘ ਨੇ ਆਪਣੇ ਗੁਆਂਢੀ ਦੀ ਮਦਦ ਨਾਲ ਇਸ ਵਿਅਕਤੀ ਨੂੰ ਕਾਬੂ ਕਰਕੇ ਥਾਣਾ ਸਿਟੀ ਜੀਰਾ ਪੁਲਿਸ ਦੇ ਹਵਾਲੇ ਕਰ ਦਿੱਤਾ। ਜਸਪਾਲ ਸਿੰਘ ਜੀ ਤਲਵੰਡੀ ਰੋਡ ਜੀਰਾ ਦੇ ਮੈਂ ਰਹਿਣ ਵਾਲਾ, ਇਸ ਬੰਦੇ ਨੂੰ ਮੈਂ ਅੱਜ ਫੜਿਆ ਸੀ ਠੱਗੀ ਮਾਰਦੇ। ਮੇਰੇ ਕੋਲੋਂ ਹੀ ਇਹਨੇ ਕਮੇਟੀ ਘਰ ਦਾ ਨਾਂ ਲੈ ਕੇ ਤੇਰੇ ਟੈਲ ਬੱਤੀ ਦੇ ਪੈਸੇ ਵੀ ਆ ਗਏ ਆ ਅਤੇ ਮੇਰੇ ਨਾਲ ਚੱਲ ਅਦਾਲਤ ਦੇ ਵਿੱਚ, ਉੱਥੇ ਜਾ ਕੇ ਤੇਰੇ ਮੈਂ ਕਮਰੇ ਪਾਸ ਕਰਾ ਦਿੰਦਾ ਅਤੇ 700 ਰੁਪਈਆ ਇੱਕ ਕਮਰੇ ਦਾ ਲੱਗੂਗਾ। ਤਿੰਨਾਂ ਕਮਰਿਆਂ ਦਾ 2100 ਰੁਪਈਆ ਇਹਨੇ ਬੰਦੇ ਨੇ ਲੈ ਲਿਆ ਮੇਰੇ ਤੋਂ। ਬਾਅਦ ਵਿੱਚ ਮੈਂ ਕਮੇਟੀ ਘਰ ਆਇਆ, ਕਮੇਟੀ ਘਰ ਆਣ ਕੇ ਮੈਂ ਪੁੱਛਿਆ ਅਫਸਰ ਸਾਹਿਬ ਨੂੰ ਜੀ ਇਸ ਤਰ੍ਹਾਂ ਕਰਕੇ ਬੰਦਾ ਮੇਰੇ ਤੋਂ ਇੰਨੇ ਪੈਸੇ ਲੈ ਆ। ਉਹਨਾਂ ਨੇ ਦੱਸਿਆ ਜੀ ਇਸ ਤਰ੍ਹਾਂ ਕਰਕੇ ਉਹ ਠੱਗੀ ਮਾਰ ਕੇ ਚਲਾ ਗਿਆ ਅਤੇ ਮੈਂ ਉਹਨਾਂ ਨੂੰ ਸਰਦਾਰ ਜੀ ਨੂੰ ਕਹਿ ਕੇ ਵੀ ਮੈਂ ਬੰਦੇ ਦੀ ਪੜਗਾਹ ਰੱਖਦਾ, ਬੰਦੇ ਨੂੰ ਫੜ ਕੇ ਹੀ ਤੁਹਾਡੇ ਕੋਲ ਆਵਾਂਗਾ ਅਤੇ ਬੰਦਾ ਮੈਂ ਅੱਜ ਲਿਆਤਾ ਜੀ। ਕੀ ਕਮੇਟੀ ਘਰ ਦੇ ਨਾਲ ਲੈ ਕੇ, ਕਮੇਟੀ ਘਰ ਦਾ ਨਾਮ ਲੈ ਕੇ ਲੋਕਾਂ ਕੋਲੋਂ ਪੈਸੇ ਲੈਂਦੇ ਸੀ, ਕਾਹਦੇ ਲੈਂਦੇ ਸੀ? ਮੈਂ ਭਾਈ ਸਾਹਿਬ ਕੋਲੋਂ ਪੈਸੇ ਲੈ ਗਏ, ਮੈਂ ਪੈਸੇ ਵਾਪਸ ਕਰਤੇ 300 ਰੁਪਈਆ ਮੈਂ ਦੇਣਾ। ਕਿਸ ਗੱਲ ਦੇ ਪੈਸੇ ਖਰਚ ਹੋ ਗਏ ਮੇਰੇ ਕੋਲ 300 ਰੁਪਈਆ? ਪੈਸੇ ਕਿਸ ਗੱਲ ਦੇ ਲੈਂਦੇ ਸੀ? ਹੈਂ ਕਿਸ ਗੱਲ ਦੇ? ਬਸ ਇਸ ਤਰ੍ਹਾਂ ਹੀ ਕਹਿ ਕੇ ਵੀ ਮਕਾਨਾਂ ਦੇ ਪੈਸੇ ਆਏ, ਬਸ ਇਸ ਤਰ੍ਹਾਂ ਕਰਕੇ ਮੈਂ ਲੈ ਲੈਂਦਾ ਸੀ। ਕਿੰਨੀ ਦੇਰ ਤੋਂ ਇਹ ਧੰਦਾ ਕਰਦੇ ਗੱਲ? ਨਹੀਂ ਮੈਂ ਆਹ ਭਾਈ ਸਾਹਿਬ ਤੋਂ ਲੈ ਪੈਸੇ ਅਤੇ ਉਹਨਾਂ ਨੂੰ ਮੈਂ ਮੋੜ ਤੇ 2100 ਲਿਆ ਸੀਗਾ, 1700 ਰੁਪਈਏ ਵਾਪਸ ਕਰਦਾ ਵਾ, ਦੂਜੇ ਮੇਰੇ ਕੋਲ ਖਰਚ ਹੋ ਗਏ। ਕਦੋਂ ਤੋਂ ਇਹ ਕੰਮ ਕਰਦੇ? ਮੈਂ ਅੱਜ ਹੁਣੇ ਹੀ ਮੈਂ ਪੈਸੇ ਲਏ ਸੀਗੇ ਅਤੇ ਭਾਈ ਸਾਹਿਬ ਨੇ ਦੇਖ ਲਿਆ। ਕਿੰਨੇ ਲੋਕਾਂ ਤੋਂ ਪੈਸੇ ਲਏ? ਨਹੀਂ ਨਹੀਂ ਮੈਂ ਭਾਈ ਸਾਹਿਬ ਤੋਂ ਲਏ, ਹੁਣ ਤੱਕ ਕਿਸੇ ਕੋਲ ਲਏ ਨਹੀਂ ਪੈਸੇ। ਕੁਛ ਦਿਨ ਪਹਿਲਾਂ ਕਮੇਟੀ ਘਰ ਵਾਲਿਆਂ ਨੇ ਇੱਕ ਦਰਖਾਸਤ ਦਿੱਤੀ ਸ਼੍ਰੀ ਜੀਰੇ ਥਾਣੇ ਵੀ ਇੱਕ ਬੰਦਾ ਜੀਰੇ ਸ਼ਹਿਰ ਦੇ ਵਿੱਚ ਲੋਕਾਂ ਨੂੰ ਠੱਗੀਆਂ ਮਾਰਦਾ, ਵੀ ਲੋਕਾਂ ਨੂੰ ਕਹਿੰਦਾ ਵੀ ਮੈਂ ਲੋਕਾਂ ਦੇ ਕਮਰੇ ਜਿਹੜੇ ਉਹ ਪਾਸ ਕਰਾ ਕੇ ਦਊਂਗਾ ਕਮੇਟੀ ਘਰ ਤੋਂ। ਕਮੇਟੀ ਘਰ ਦੇ ਵਿੱਚੋਂ ਇਹ ਗੁੰਮਨਾ ਕਰਕੇ ਲੋਕਾਂ ਕੋਲ ਪੈਸੇ ਲੈਂਦਾ। ਇੱਕ ਬੰਦਾ ਫੜਿਆ ਕਮੇਟੀ ਘਰ ਦੇ, ਇੱਥੇ ਅਸੀਂ ਆਏ ਸੀ, ਇੱਥੋਂ ਆਮ ਪਬਲਿਕ ਨੇ ਇੱਕ ਬੰਦਾ ਫੜਿਆ ਵਾ ਜਿਹੜਾ ਲੋਕਾਂ ਨਾਲ ਠੱਗੀਆਂ ਮਾਰਦਾ, ਅਤੇ ਉਹ ਅਸੀਂ ਹੁਣ ਫੜ ਕੇ ਥਾਣੇ ਸਿਟੀ ਵਿੱਚ ਲਿਜਾ ਕੇ ਇਹਦੇ ਖਿਲਾਫ਼ ਕਾਨੂੰਨੀ ਕਾਰਵਾਈ ਕਰਾਵਾਂਗੇ।